दोस्तों तुसी अगर 10वीं जां 12वीं पास हो तां इह वीडियो तुहाडे लई है। अक्सर माइंड विच इह गल घूमदी रहिंदी है, 10वीं पास कर लई असीं जां 12वीं पास कर लई, हुण अगे करना की है। ते अज दी वीडियो विच आपां गल करांगे 10वीं अते 12वीं पास करन तों बाद असीं रेल दे ड्राइवर किवें बण सकदे आं, पूरी डिटेल तुहानूं इस वीडियो विच देवांगा। जे वीडियो बेनीफिशियल लगदी है तां प्लीज़ चैनल नूं सबसक्राइब कर लो अते वीडियो नूं लाइक कर लो। दोस्तों सब तो पहले आप गल करेंगे कि ट्रेन की ड्राइवर की किड़ी किड़ी क्लास होंगी है, किन्ने टाइप के ड्राइवर होंगे ने, इस योग्यता की होंगी है, इस फॉर्म को अपलाई करने वास्ते, इसकी तनखा कि होंगी है ड्राइवर की। तो सब तो पहले आप क्लास ऑफ ट्रेन ड्राइवर की गल करिए। दोस्तों ट्रेन ड्राइवर होंगे जिहड़ा इन्हां दे डिपार्टमेंट विच इन्हां नूं लोको पायलट कहा जाता है। तो लोको पायलट सब तो पहले जो आप आवेदन करते हैं, जो अपलाई करते हैं ट्रेन के ड्राइवर की पोस्ट लई, तो आप असिस्टेंट लोको पायलट की ਲਈ ਅਪਲਾਈ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਆਪਣੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਐਕਸਪੀਰੀਅੰਸ ਹੋ ਜਾਂਦਾ ਤਾਂ ਆਪਾਂ ਸੀਨੀਅਰ ਲੋਕੋ ਪਾਇਲਟ ਬਣ ਜਾਂਦੇ ਹਾਂ। ਉਸ ਤੋਂ ਬਾਅਦ ਜਿਹੜਾ ਹੁੰਦਾ ਮੇਨ ਸਭ ਤੋਂ ਵੱਡਾ ਲੋਕੋ ਪਾਇਲਟ ਬਣਨ ਦੀ ਪੋਸਟ ਆਪਾਂ ਨੂੰ ਮਿਲ ਜਾਂਦੀ ਹੈ। ਅਤੇ ਸਭ ਤੋਂ ਪਹਿਲਾਂ ਜੇ ਅਪਲਾਈ ਕਰਨਾ ਤਾਂ ਆਪਾਂ ਸਹਾਇਕ ਲੋਕੋ ਪਾਇਲਟ ਲਈ ਹੀ ਅਪਲਾਈ ਕਰਾਂਗੇ ਪੋਸਟ ਨੂੰ। ਅਤੇ ਅੱਗੇ ਗੱਲ ਕਰੀਏ ਐਲੀਜੀਬਿਲਟੀ ਕ੍ਰਾਈਟੇਰੀਆ। ਦੋਸਤੋ 10ਵੀਂ ਪਾਸ, 12ਵੀਂ ਪਾਸ ਅਤੇ ਗ੍ਰੈਜੂਏਸ਼ਨ ਪਾਸ ਸਾਰੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਨੇ, ਪਰ ਨਾਲ ITI ਦਾ ਡਿਪਲੋਮਾ ਜਾਂ ਪੋਲੀਟੈਕਨੀਕਲ ਡਿਪਲੋਮਾ 2 ਸਾਲ ਦਾ ਆਪਣੇ ਨਾਲ ਹੋਣਾ ਚਾਹੀਦਾ ਹੈ। ਅਤੇ ਆਪਣੀ ਏਜ ਲਿਮਿਟ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਅਤੇ SC ST ਨੂੰ ਇਸ ਵਿੱਚ ਛੋਟ ਮਿਲ ਜਾਂਦੀ ਹੈ। ਅਤੇ ਸੈਲਰੀ ਦੀ ਗੱਲ ਕਰੀਏ ਦੋਸਤੋ, ਲੋਕੋ ਪਾਇਲਟ ਜਦੋਂ ਆਪਾਂ ਅਸਿਸਟੈਂਟ ਲੋਕੋ ਪਾਇਲਟ ਦੀ ਪੋਸਟ 'ਤੇ ਲੱਗ ਜਾਂਦੇ ਅਪਲਾਈ ਕਰ ਪੋਸਟ ਅਪਲਾਈ ਕਰਨ ਤੋਂ ਬਾਅਦ ਤਾਂ 25 ਤੋਂ ਲੈ ਕੇ 50 ਹਜ਼ਾਰ ਦੇ ਵਿੱਚ ਆਪਣੀ ਜਿਹੜੀ ਤਨਖਾਹ ਰਹਿੰਦੀ ਹੈ। ਬਟ ਜਿਵੇਂ ਜਿਵੇਂ ਆਪਣੀ ਪੋਸਟ ਇਨਕਰੀਜ਼ ਹੁੰਦੀ ਰਹਿੰਦੀ ਹੈ ਅਸਿਸਟੈਂਟ ਲੋਕੋ ਪਾਇਲਟ ਤੋਂ ਬਾਅਦ ਆਪਾਂ ਜਿਹੜਾ ਸੀਨੀਅਰ ਲੋਕੋ ਪਾਇਲਟ ਬਣ ਜਾਂਦੇ ਹਾਂ ਤਾਂ ਆਪਣੀ ਸੈਲਰੀ ਵੀ ਇਨਕਰੀਜ਼ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਲੋਕੋ ਪਾਇਲਟ ਮੇਨ ਲੋਕੋ ਪਾਇਲਟ ਬਣ ਜਾਂਦੇ ਹਾਂ ਤਾਂ ਉਸ ਤੋਂ ਵੀ ਜ਼ਿਆਦਾ ਆਪਣੀ ਸੈਲਰੀ ਅਰਾਊਂਡ 80,000 ਤੱਕ ਆਪਣੀ ਸੈਲਰੀ ਚਲੀ ਜਾਂਦੀ ਹੈ। ਅਤੇ ਇਗਜ਼ਾਮ ਪੈਟਰਨ ਦੀ ਗੱਲ ਕਰੀਏ ਦੋਸਤੋ, ਸਭ ਤੋਂ ਪਹਿਲਾਂ ਇੱਕ ਕੰਪਿਊਟਰ ਬੇਸਡ ਟੈਸਟ ਹੁੰਦਾ ਹੈ, ਨੋਰਮਲ ਜਿਹਾ ਟੈਸਟ ਹੁੰਦਾ, ਇਹ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ ਹੈ। ਅਤੇ ਇਸ ਤੋਂ ਬਾਅਦ ਇਹ ਕੁਆਲੀਫਾਈ ਕਰਨ ਤੋਂ ਬਾਅਦ CBT 2 ਹੁੰਦਾ ਹੈ, ਇਹ 2 ਇਗਜ਼ਾਮ ਹੁੰਦੇ ਨੇ ਬਸ। ਅਤੇ 2 ਇਗਜ਼ਾਮ ਕੁਆਲੀਫਾਈ ਕਰਨ ਤੋਂ ਬਾਅਦ ਇਸ ਤੋਂ ਬਾਅਦ ਆਪਣਾ ਸਾਈਕੋ ਟੈਸਟ ਹੁੰਦਾ ਹੈ, ਜਿਸ ਵਿੱਚ ਆਪਣੇ ਤੋਂ ਹੈਲਥ ਮੈਂਟਲ ਰਿਲੇਟਡ ਸਵਾਲ ਪੁੱਛੇ ਜਾਂਦੇ ਆ ਕਿ ਆਪਣੇ ਦਿਮਾਗ ਦੀ ਜਿਹੜੀ ਮੈਂਟਲਿਟੀ ਸੈੱਟ ਹੈ, ਕੋਈ ਪ੍ਰੋਬਲਮ ਤਾਂ ਨਹੀਂ ਹੈ। ਅਤੇ ਇਸ ਤੋਂ ਬਾਅਦ ਮੈਡੀਕਲ ਟੈਸਟ ਹੁੰਦਾ, ਇਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ, ਇਸ ਤੋਂ ਬਾਅਦ ਥੋੜ੍ਹਾ ਸਿਲੈਕਸ਼ਨ ਹੋ ਜਾਂਦਾ। ਅਤੇ ਇਸਦੇ ਸਿਲੇਬਸ ਦੀ ਵੀਡੀਓ ਜੇ ਤੁਸੀਂ ਚਾਹੁੰਦੇ ਹੋ ਦੋਸਤੋ, ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਪਾਰਟ ਇਸਦੇ ਸਾਰੇ ਸਿਲੇਬਸ ਦੀ ਤੁਹਾਨੂੰ ਬਣਾ ਕੇ ਵੀਡੀਓ ਪ੍ਰੋਵਾਈਡ ਕਰਵਾ ਦਿਆਂਗਾ। ਓਕੇ ਦੋਸਤੋ, ਇੰਨੀ ਜੀ ਵੀਡੀਓ ਸੀ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।